ਕੀ ਕਹਿਣਾ ਤੁਸੀਂ ਆਪਣੇ ਬੋਰਡ ਦਾ ਇਸਤੇਮਾਲ ਕਰਨਾ ਹੈ ਤਾਂ ਕੀ ਮੁੱਦਿਆਂ ਲੈ ਕੇ ਤੁਸੀਂ ਜਿਹੜਾ ਅੱਜ ਇੱਥੇ ਵੋਟ ਪਾ? ਮੁੱਦੇ ਤਾਂ ਉਹੀ ਹੁੰਦੇ ਆ ਜੀ ਆਏ ਸਾਲ ਜਿਹੜੇ ਅੱਗੇ ਹੁੰਦੇ ਆ। ਖੈਰ ਮੁੱਦੇ ਨਹੀਂ ਅੱਜ ਦਾ, ਤਾਂ ਇਹ ਹੈ ਬਈ MP ਦੀਆਂ ਵੋਟਾਂ ਨੇ ਹਰ ਇੱਕ ਬੰਦੇ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ। ਸੋ ਮੈਂ ਵੀ ਆਪਣੇ ਪਿੰਡ ਦੋਦੇ ਤਹਿਸੀਲ ਲਾਭਾ ਅੱਜ ਆਪਣੀ ਵੋਟ ਪਾ ਕੇ ਆਇਆ ਅਤੇ ਆਪਣੀ ਮਨਪਸੰਦ ਪਾਰਟੀ ਨੂੰ ਪਾ ਕੇ ਆਇਆ, ਕਿਉਂਕਿ ਵੋਟਰ ਬੜੇ ਸਿਆਣੇ ਨੇ, ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਕਿਹੜੀ ਪਾਰਟੀ ਕੰਮ ਕਰਦੀ ਹੈ। ਹੁਣ ਭਰਮਾਉਣ ਦੀ ਲੋੜ ਨਹੀਂ, ਜਾਗਰੂਕ ਹੋ ਚੁੱਕਿਆ ਪ੍ਰਮੋਟਰ ਵੋਟਰ, ਅਤੇ ਉਹਨੂੰ ਪਤਾ ਵੀ ਕਿਹੜਾ ਲੋਕਾਂ ਲਈ ਖੜਾ ਅਤੇ ਕਿਹੜਾ ਨਹੀਂ ਖੜਾ। ਵੋਟਾਂ ਦਾ ਰਿਜ਼ਲਟ ਐਂਡ 'ਚ ਦੱਸਦਾ ਚੇਂਜ। ਇਹ ਤਾਂ ਕਈ ਵਾਰ ਗੈਸ ਕੀਤੇ ਹੋਏ ਚੈਨਲਾਂ ਦੇ ਵੀ ਫੇਲ ਹੋ ਜਾਂਦੇ ਆ, ਹੈ ਨਾ, ਅਤੇ ਸਾਰੀਆਂ ਪਾਰਟੀਆਂ ਆਪੋ ਆਪਣਾ ਜੋੜ ਲਾ ਰਹੀਆਂ, ਡਿਪੈਂਡ ਕਰਦਾ ਵੋਟਰ 'ਤੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦਾ, ਅਤੇ ਉਹ ਹਜ਼ਾਰ ਰਿਜ਼ਲਟ ਆ ਜੂਗਾ। ਪੁਰਾਣੇ ਸਾਥੀ ਕਲਾਕਾਰ ਦੀ ਸਪੋਰਟ ਕਰ ਰਹੇ ਹੋ ਤੁਸੀਂ? ਭਗਵੰਤ ਮਾਨ ਦੇ ਮਿੱਤਰ ਨਹੀਂ, ਭਗਵੰਤ ਮਾਨ ਸਾਹਿਬ ਨੇ ਬਹੁਤ ਵਧੀਆ, ਜੇ ਮੈਂ ਆਪਣੇ ਤੌਰ 'ਤੇ ਕਹਾਂ, ਖੇਤੀਬਾੜੀ ਨਾਲ ਸੰਬੰਧ ਰੱਖਦਾ ਮੈਂ ਵੀ, ਬੜੀਆਂ ਕਹੀ ਕੁਛ ਚਲਾਈ ਹੋਈ ਆ, ਖੇਤ ਹਾਲ ਵਾਹਿਆ ਹੋਇਆ ਅਤੇ 24 ਘੰਟੇ ਬਿਜਲੀ, ਕੋਈ ਛੋਟੀ ਵੱਡੀ ਜਿਹਨੂੰ ਮਰਜ਼ੀ ਪੁੱਛ ਲਓ ਬਈ, ਕੋਈ ਸੌਖੀ ਗੱਲ ਨਹੀਂ ਹੈ। ਅਸੀਂ ਤਾਂ 8 ਘੰਟੇ ਵਿੱਚ ਤੇਲ ਫੂਕਦੇ, ਕਦੇ ਤੇਲਾਂ ਦੀ ਸ਼ੋਰਟੇਜ ਪੈਂਦੀ, ਢੋਲਾਂ ਦੀ ਲਾਈਨ ਲੱਗੀ ਹੁੰਦੀ। ਇਹ ਬਹੁਤ ਵੱਡਾ ਕੰਮ ਖੇਤੀਬਾੜੀ ਸੈਕਟਰ ਲਈ ਜਿਹੜਾ ਕੀਤਾ ਇਹਨਾਂ ਦੀ ਸਰਕਾਰ ਨੇ, ਅਤੇ ਦੂਜਾ ਬਿਜਲੀ ਦੇ ਬਿੱਲ, ਅਤੇ ਕੁਛ ਕੁ ਵਾਅਦੇ ਹੋਰ ਕਹਿੰਦੇ ਪੂਰੇ ਹੋ ਜਾਣਗੇ, ਅਤੇ ਫਿਰ ਜੇ ਲੋਕਾਂ ਦੀ ਕਸੌਟੀ 'ਤੇ ਖਰੇ ਉਤਰਦੇ ਰਹੇ ਫਿਰ ਦੁਬਾਰਾ। ਇੰਨੀ ਗਰਮੀ ਦੇ ਬਾਵਜੂਦ ਵੀ ਤੁਸੀਂ ਆਪਣਾ ਵੋਟ ਦਾ ਇਸਤੇਮਾਲ ਕਰਨ ਪਹੁੰਚੇ ਹੋ, ਪਰ ਹਜੇ ਕੁਛ ਵਿਅਕਤੀ ਜਿਹੜੇ ਹਜੇ ਵੀ ਘਰਾਂ 'ਚ ਨੇ, ਹਜੇ ਬਹੁਤ ਘੱਟ ਹੈ ਕਿਉਂਕਿ 12 ਦੇ ਉੱਪਰ ਦਾ ਟਾਈਮ ਹੋ ਚੁੱਕਾ। ਅਤੇ ਬਿਲਕੁਲ ਜੀ, ਮੈਂ ਤਾਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਜਿਹੜਾ ਵੀ ਤੁਹਾਡਾ ਮਨਪਸੰਦ ਪਾਰਟੀ ਹੈ ਜਾਂ ਕੈਂਡੀਡੇਟ ਹੈ, ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ, ਅਤੇ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਵੋਟਿੰਗ ਹੁੰਦੀ ਆ। ਅਤੇ ਜਦੋਂ ਮੈਂ ਅੱਜ ਉਹ ਬਟਨ ਦੱਬਿਆ ਤਾਂ ਨਾਂ ਵੀ ਆਇਆ ਜਿਹਨੂੰ ਮੈਂ ਵੋਟ ਪਾਈ, ਫਟਾਫਟ ਸਲਿੱਪ ਨਿਕਲ ਕੇ, ਅਤੇ ਸੋ ਸਾਰਿਆਂ ਨੂੰ ਆਪਣੀ ਵੋਟ ਦਾ ਪ੍ਰਯੋਗ ਕਰਨਾ ਚਾਹੀਦਾ। ਇੱਕ ਤੁਹਾਡੇ ਸਾਥੀ ਕਲਾਕਾਰ ਵੀ ਕਿਸੇ ਨੂੰ ਮਾਰਿਆ MP ਇਲੈਕਸ਼ਨਾਂ 'ਚ? ਬਿਲਕੁਲ, ਉੱਧਰ ਸਰਬਜੀਤ ਸਿੰਘ ਦਾ ਵੀ ਜ਼ੋਰ ਹੈ, ਸਰਬਜੀਤ ਸਿੰਘ ਉਹਨਾਂ ਦਾ ਫਾਦਰ ਸਾਹਿਬ ਨੇ ਬਹੁਤ ਵੱਡਾ ਉਹ ਸਿੱਖ ਕਮਿਊਨਿਟੀ ਵਾਸਤੇ ਉਦੋਂ ਜੋ ਵੀ ਹੋਇਆ, ਪਰ ਕਰਮਜੀਤ ਭਰਾ ਸਾਡਾ, ਮੈਂ ਜਦੋਂ ਜਾ ਕੇ ਆਇਆ ਅਤੇ ਉਹਦਾ ਵੀ ਆ, ਉੱਥੇ ਵੀ ਮੈਂ ਕੁਛ ਕਹਿ ਨਹੀਂ ਸਕਦਾ, ਪਰ ਮੈਨੂੰ ਉਮੀਦ ਆ ਵੀ ਕਰਮਜੀਤ ਸ਼ਾਇਦ ਜਿੱਤ ਗਏ।